ਇੰਡੀਅਨ ਅਕੈਡਮੀ ਆਫ ਫਾਈਨ ਆਰਟਸ ਵਿਖੇ ਵੱਖ ਵੱਖ ਸਕੂਲੀ ਬੱਚਿਆਂ ਦੇ ਪੇਂਟਿੰਗ ਮੁਕਾਬਲੇ ਕਰਵਾਏ ਗਏ। ਇਸ ਦੌਰਾਨ ਬੱਚਿਆਂ ਵੱਲੋਂ ਵਾਤਾਵਰਣ, ਦੇਸ਼ ਦੇ ਮਹਾਨ ਲੀਡਰ, ਸਮੋਕਿੰਗ ਆਦਿ ਵਿਸ਼ਿਆਂ ਤੇ ਪੇਂਟਿੰਗਾਂ ਤਿਆਰ ਕੀਤੀਆਂ ਗਈਆਂ। ਇਸ ਮੌਕੇ ਤੇ ਬੱਚਿਆਂ ਨੂੰ ਅਕੈਡਮੀ ਦੇ ਪ੍ਰਧਾਨ ਰਜਿੰਦਰ ਮੋਹਨ ਚੀਨਾ ਅਤੇ ਨਾਟਸ਼ਾਲਾ ਦੇ ਡਾਇਰੈਕਟਰ ਜਤਿੰਦਰ ਬਰਾੜ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਅਕੈਡਮੀ ਦੇ ਜਨਰਲ ਸੈਕਟਰੀ ਡਾਕਟਰ ਪਰਮਿੰਦਰ ਸਿੰਘ ਗਰੋਵਰ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਹਨਾਂ ਵੱਲੋਂ ਪਿਛਲੇ 50 ਸਾਲਾਂ ਤੋਂ 14 ਨਵੰਬਰ ਵਾਲੇ ਦਿਨ ਬੱਚਿਆਂ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ ਅਤੇ ਅੱਜ ਉਸੇ ਲੜੀ ਦੇ ਤਹਿਤ ਪੇਂਟਿੰਗ ਮੁਕਾਬਲਾ ਕਰਵਾਇਆ ਗਿਆ ਹੈ, ਜਿਸ ਵਿੱਚ 100 ਦੇ ਕਰੀਬ ਸਕੂਲਾਂ ਦੇ 350 ਬੱਚੇ ਨੇ ਭਾਗ ਲਿਆ ਹੈ। 14 ਨਵੰਬਰ ਜਿਹੜਾ ਚਿਲਡਰਨਸ ਡੇ ਮਨਾਇਆ ਜਾਂਦਾ ਹੈ, ਇਹ ਸਾਡੀ ਇੰਡੀਅਨ ਅਕੈਡਮੀ ਆਫ ਫਾਈਨ ਆਰਟਸ ਵੱਲੋਂ ਪਿਛਲੇ 50 ਸਾਲਾਂ ਤੋਂ ਲਗਾਤਾਰ ਹਰ ਸਾਲ ਬਿਨਾਂ ਨਾਗਾ ਇਹ ਲਗਾਤਾਰ ਮਨਾਇਆ ਜਾ ਰਿਹਾ। ਔਰ ਇਹਦੇ 'ਚ ਮੇਨ ਸਾਡਾ ਜਿਹੜਾ ਮਕਸਦ ਹੈ, ਦੈਟ ਇਜ਼ ਔਨ ਦਾ ਸਪੋਟ ਪੇਂਟਿੰਗ ਕੰਪੀਟੀਸ਼ਨ ਬੱਚਿਆਂ ਵਾਸਤੇ। ਬੱਚਿਆਂ ਦੇ ਅਲੱਗ ਅਲੱਗ ਗਰੁੱਪ ਬਣਾਏ ਜਾਂਦੇ ਨੇ ਉਮਰਾਂ ਦੇ ਹਿਸਾਬ ਦੇ ਨਾਲ, ਔਰ ਸਕੂਲਾਂ ਦੇ ਵਿੱਚੋਂ ਸਾਰੇ ਬੱਚਿਆਂ ਨੂੰ ਇੱਥੇ ਇਨਵਾਈਟ ਕੀਤਾ ਜਾਂਦਾ। ਤੁਸੀਂ ਦੇਖਿਆ ਕਿ ਇਸ ਵਕਤ 350 ਤੋਂ ਵੱਧ ਬੱਚਾ ਸਾਡੇ ਕੋਲ ਇਸ ਵਕਤ ਤੱਕ ਰਜਿਸਟਰ ਹੋ ਗਿਆ ਹੈ। ਅੱਜ ਦੇ ਪ੍ਰਾਈਜ਼ ਡਿਸਟ੍ਰੀਬਿਊਸ਼ਨ ਦੇ ਸਾਡੇ ਚੀਫ ਗੈਸਟ ਜਿਹੜੇ ਨੇ ਉਹ ਸਰਦਾਰ ਜਤਿੰਦਰ ਸਿੰਘ ਬਰਾੜ, ਸਾਡੀ ਅਕੈਡਮੀ ਦੇ ਸੀਨੀਅਰ ਵਾਈਸ ਚੇਅਰਮੈਨ ਨੇ, ਔਰ ਨਾਟਸ਼ਾਲਾ ਦੇ ਨਾਮ ਦੇ ਨਾਲ ਉਹ ਕਾਫੀ ਜ਼ਿਆਦਾ ਜਾਣੇ ਜਾਂਦੇ ਨੇ। ਔਰ ਇਹ ਜਿਹੜਾ ਸਾਰਾ ਪ੍ਰੋਗਰਾਮ ਹੈਗਾ, ਅੱਜ ਦੇ ਜਿਹੜੇ ਕਨਵੀਨਰ ਨੇ ਉਹ ਸਰਦਾਰ ਨਰਿੰਦਰ ਸਿੰਘ ਨੇ, ਜਦਕਿ ਵਿਜੁਅਲ ਆਰਟ ਦੇ ਸੈਕਟਰੀ ਡਾਕਟਰ ਗੋਪਾਲ ਕਰੋੜੀਵਾਲ ਨੇ, ਵਾਈਸ ਪ੍ਰੈਜੀਡੈਂਟ ਸ਼ਿਵਦੇਵ ਜੀ ਮੇਰੇ ਨਾਲ ਖੜ੍ਹੇ ਨੇ, ਇੱਧਰ ਗੁਲਸ਼ਨ ਸਡਾਨਾ ਜੀ ਮੇਰੇ ਨਾਲ ਖੜ੍ਹੇ ਨੇ। ਸਾਰਿਆਂ ਦੀ ਰਲ ਕੇ ਮਿਹਨਤ ਦਾ ਸਦਕਾ ਇਹ ਪ੍ਰੋਗਰਾਮ ਬਹੁਤ ਕਾਮਯਾਬ ਜਾਂਦਾ ਹਰ ਸਾਲ। ਵਾਕਨ ਇਸ ਵਾਰੀ ਵੀ ਬਹੁਤ ਕਾਮਯਾਬ ਜਾ ਰਿਹਾ, ਔਰ ਉਮੀਦ ਕਰਾਂਗੇ ਕਿ ਅਗਲੇ ਸਾਲ ਵੀ ਇਸ ਤਰ੍ਹਾਂ ਕੰਮ ਚੱਲਦਾ ਰਹੇ।